ਮੈਂ ਇਹ ਗੱਲ ਕਹੀ ਵੀ ਸਿੱਖਣ ਨਾਲ ਟੱਗਾ ਹੋ ਰਿਹਾ ਹੁਣ ਮੈਂ ਇਹ ਨਹੀਂ ਕਹਿੰਦਾ ਸਾਰੇ ਨੂੰ ਹੋ ਰਿਹਾ ਜਦੋਂ ਉਹ ਹੀ ਸਿੱਖਣ ਦੇ ਰਿਹਾ ਪਰ ਮੈਂ ਸਿੱਖਾਂ ਦੇ ਕੀ ਗੱਲ ਕਰਦੀ ਹੈ ਪੰਜਾਬ ਦੇ ਕੀ ਕਰਦੀ ਹੈ ਜਿਹੜਾ ਤੂੰ ਵਿਰੋਧ ਕਰਨ ਦੇ ਦੇਖੋ ਇਲੈਕਸ਼ਨ ਸਿਲੈਕਸ਼ਨ ਕੁਛ ਵੀ ਹੋ ਜਾਏ ਹਿੰਦੁਸਤਾਨ ਦੀ ਹਕੂਮਤ ਦਾ ਇੱਥੇ ਕੋਈ ਕੁੰਡਾ ਨਹੀਂ ਹੋਣਾ ਚਾਹੀਦਾ ਐਸਜੀਪੀਸੀ ਦੇ ਅਧੀਨ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਐਸਜੀਪੀਸੀ ਵਾਲੇ ਆਪ ਉਹ ਜਿਹੇ ਕੰਮ ਕਰਨ ਲੱਗ ਜਾਂਦੇ ਜਾਂ ਫਿਰ ਆਪ ਚੋਣਾਂ 'ਤੇ ਹੋਲਡ ਕਰ ਲੈਣਗੇ ਉਹਨਾਂ ਬੰਦਿਆਂ ਨੂੰ ਵੋਟਾਂ ਪਾਉਣਗੇ ਜਿਹੜੇ ਉਹਨਾਂ ਦੀ ਮਰਜ਼ੀ ਹੋਊਗੀ ਸੋ ਇਹ ਕਿਸੇ ਸਿੱਖਾਂ ਦਾ ਹੋਣਾ ਚਾਹੀਦਾ ਪਰ ਐਸਜੀਪੀਸੀ ਦੇ ਕੰਟਰੋਲ 'ਚ ਨਾ ਭਾਜਪਾ ਜਾਂ ਕਿਸੇ ਵੀ ਨੈਸ਼ਨਲ ਪਾਰਟੀ ਦਾ ਚੋਣਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈਣਾ ਮੰਦਭਾਗੀ ਗੱਲ ਹੈ ਕਿਉਂਕਿ ਜਿਹੜਾ ਵੀ ਮਨੁੱਖ ਸਿੱਖ ਹੱਕਾਂ ਦੀ ਗੱਲ ਨਹੀਂ ਕਰਦਾ ਜਿਹੜਾ ਸਿੱਖਾਂ ਨੂੰ ਸਨਾਤਨੀ ਕਹਿੰਦਾ ਜਿਹੜਾ ਸਿੱਖਾਂ ਨੂੰ ਮਤਲਬ ਹਿੰਦੂਆਂ ਦਾ ਅੰਗ ਕਹਿੰਦਾ ਉਹਦਾ ਕੋਈ ਫਰਜ਼ ਨਹੀਂ ਬਣਦਾ ਕਿ ਉਹ ਸਿੱਖ ਇਹਨਾਂ 'ਚ ਜਿਹੜਾ ਵਾ ਇਲੈਕਸ਼ਨ 'ਚ ਲੜੇ अपनी मर्जी है उन्होंने की करना की नहीं करना पर यह गल मैं जरूर कहना कि कोई भी संस्था चाहे पंथ के हित से ग्रह के काम नहीं करती लंबा समय चल नहीं सकती बाकी धर्म के लोगों लिए एक अहम सवाल पूछ रहे हैं बाकी धर्म के लोग लोग जो तुम देखते हैं उन्होंने जहन च सवाल है कि वाकई असं इस विरकरे की भावना देखिए जो खालसे के सारे का एक रंगला पंजाब बनूगा ਨਹੀਂ ਵਿਤਕਰੇ ਦੀ ਭਾਵਨਾ ਨਾਲ ਵੇਖਣ ਵਾਲੇ ਲੋਕਾਂ ਨੂੰ ਸਵਾਲ ਕਰੋ ਵੀ ਮੈਂ ਅਸੀਂ ਕਿਹੜੀ ਗੱਲ ਕੀਤੀ ਜਿਹੜੀ ਦੂਜਿਆਂ ਦੇ ਵਿਰੋਧ 'ਚ ਜਾਂਦੀ ਹੋਵੇ ਮੈਂ ਹੁਣ ਇਹ ਵੀ ਨਾ ਕਹਾਂ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਮੈਂ ਇਹ ਗੱਲ ਕਹੀ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਹੁਣ ਮੈਂ ਇਹ ਨਹੀਂ ਕਰਦਾ ਸਾਰਿਆਂ ਨੂੰ ਹੋ ਰਿਹਾ ਜਦੋਂ ਉਹ ਹੀ ਸਿੱਖਾਂ ਨਾਲ ਰਿਹਾ ਸੋ ਮੈਂ ਸਿੱਖਾਂ ਦੇ ਕੀ ਗੱਲ ਕਰਨੀ ਹੈ ਪੰਜਾਬ ਦੇ ਕੀ ਕਰਨੀ ਹੈ ਜਿਹੜਾ ਕੋਈ ਵਿਰੋਧ ਕਰਨਾ ਉਹਨੇ ਕਰੀ ਜਾਵੇ ਖਾਸ ਸਵਾਲ ਹੈ ਕਿ ਐਸਜੀਪੀਸੀ ਦੀ ਚੋਣ ਜਿਵੇਂ ਕਿ ਹੁਣ ਮੁੱਦਾ ਕਰਵਾਇਆ ਹੋਇਆ ਪਰ ਅਸੀਂ ਅਕਸਰ ਦੇਖਦੇ ਹਾਂ ਕਿ ਸਿੱਖ ਰਵਾਇਤਾਂ ਅਨੁਸਾਰ ਐਸਜੀਪੀਸੀ ਜਾਂ ਹੋਰ ਜਿਹੜੇ ਤਮਾਮ ਸਿੱਖ ਜਥੇਬੰਦੀਆਂ ਨੇ ਉਹਨਾਂ ਦੀ ਚੋਣ ਜਾਂ ਸਰਬੱਤ ਖਾਲਸੇ ਦੇ ਨਾਲ ਜਾਂ ਪੰਥਕ ਇਕੱਠਾਂ ਦੇ ਵਿੱਚ ਹੁੰਦੀ ਹੈ ਤਾਂ ਤੁਸੀਂ ਇਲੈਕਸ਼ਨ ਦੇ ਫਾਰਮੂਲੇ ਨਾਲ ਸਹਿਮਤ ਹੋ ਜਾਂ ਸਿਲੈਕਸ਼ਨ ਦੇ ਫਾਰਮੂਲੇ ਨਾਲ ਸਹਿਮਤ ਹੋ ਦੇਖੋ ਇਲੈਕਸ਼ਨ ਸਿਲੈਕਸ਼ਨ ਕੁਛ ਵੀ ਹੋ ਜਾਏ ਹਿੰਦੁਸਤਾਨ ਦੀ ਹਕੂਮਤ ਦਾ ਤੇ ਕੋਈ ਕੁੰਡਾ ਨਹੀਂ ਹੋਣਾ ਚਾਹੀਦਾ ਜੇ ਸਿੱਖਾਂ ਨੇ ਚੋਣਾਂ ਵੈਸੇ ਤੇ ਸਿਲੈਕਸ਼ਨ ਚਾਹੀਦੀ ਹੈ ਕੋਈ ਸੇਵਾਦਾਰ ਬਿਰਤੀ ਦਾ ਬੰਦਾ ਉਹ ਆਵੇ ਉੱਪਰ ਜਿਹਨੇ ਵੱਧ ਤੋਂ ਵੱਧ ਸੇਵਾ ਗੁਰੂ ਘਰ ਦੀ ਕੀਤੀ ਹੋਵੇ ਹਰ ਰੂਪ 'ਚ ਪਰ ਜੇ ਇਲੈਕਸ਼ਨ ਵੀ ਕਰਨੀ ਹੈ ਤੇ ਉਹਦੇ ਤੇ ਕੁੰਡਾ ਹਿੰਦੁਸਤਾਨ ਦੀ ਹਕੂਮਤ ਦਾ ਨਹੀਂ ਹੋਣਾ ਚਾਹੀਦਾ ਉਹ ਸਿੱਖ ਆਪਣਾ ਬੋਰਡ ਕਮਿਸ਼ਨ ਬਣਾਉਣ ਉਹਦੇ ਤਹਿਤ ਇਲੈਕਸ਼ਨ ਆਪਣਾ ਬੋਰਡ ਹੋਣਾ ਚਾਹੀਦਾ ਐਸਜੀਪੀਸੀ ਦਾ ਜਿਹੜੀਆਂ ਚੋਣਾਂ ਦੇ ਲਈ ਐਸਜੀਪੀਸੀ ਦੇ ਅਧੀਨ ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਐਸਜੀਪੀਸੀ ਵਾਲੇ ਆਪ ਉਹ ਜੇ ਕੰਮ ਕਰਨ ਲੱਗ ਪੈਂਦੇ ਫਿਰ ਆਪ ਚੋਣਾਂ ਤੇ ਹੋਲਡ ਕਰ ਲੈਣਗੇ ਉਹਨਾਂ ਬੰਦਿਆਂ ਨੂੰ ਵੋਟਾਂ ਪਾਉਣਗੇ ਜਿਹੜੇ ਉਹਨਾਂ ਦੀ ਮਰਜ਼ੀ ਹੋਊਗੀ ਸੋ ਇਹ ਕਿਸੇ ਸਿੱਖਾਂ ਦਾ ਹੋਣਾ ਚਾਹੀਦਾ ਹੈ ਪਰ ਐਸਜੀਪੀਸੀ ਦੇ ਕੰਟਰੋਲ 'ਚ ਨਾ ਹੋਵੇ ਅਕਾਲੀ ਦਲ ਦੇ ਵੱਲੋਂ ਕੱਲ੍ਹ ਇੱਕ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਇਕਬਾਲ ਸਿੰਘ ਲਾਲਪੁਰਾ ਜੋ ਮਨਿਓਰਟੀ ਕਮਿਸ਼ਨ ਦੇ ਚੇਅਰਮੈਨ ਵੀ ਲਾਏ ਗਏ ਆ ਉਹ ਕਹਿ ਰਹੇ ਨੇ ਕਿ ਭਾਜਪਾ ਵੱਲੋਂ ਹੀ ਲਾਇਆ ਕਹਿ ਰਹੇ ਨੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਕਹਿੰਦੇ ਸਾਨੂੰ ਇਤਰਾਜ਼ ਹੈ ਇਸ ਗੱਲ ਦਾ ਦੇਖੋ ਭਾਜਪਾ ਜਾਂ ਕਿਸੇ ਵੀ ਨੈਸ਼ਨਲ ਪਾਰਟੀ ਦਾ ਚੋਣਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈਣਾ ਮੰਦਭਾਗੀ ਗੱਲ ਹੈ ਕਿਉਂਕਿ ਜਿਹੜਾ ਵੀ ਮਨੁੱਖ ਸਿੱਖ ਹੱਕਾਂ ਦੀ ਗੱਲ ਨਹੀਂ ਕਰਦਾ ਜਿਹੜਾ ਸਿੱਖਾਂ ਨੂੰ ਸਨਾਤਨੀ ਕਹਿੰਦਾ ਜਿਹੜਾ ਸਿੱਖਾਂ ਨੂੰ ਮਤਲਬ ਹਿੰਦੂਆਂ ਦਾ ਅੰਗ ਕਹਿੰਦਾ ਉਹਦਾ ਕੋਈ ਫਰਜ਼ ਨਹੀਂ ਬਣਦਾ ਵੀ ਉਹ ਸਿੱਖ ਇਹਨਾਂ 'ਚ ਜਿਹੜਾ ਵਾ ਇਲੈਕਸ਼ਨ 'ਚ ਲੜੇ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਜੇਕਰ ਹੁੰਦੀਆਂ ਨੇ ਤਾਂ ਤੁਹਾਡਾ ਉਸ ਬਾਰੇ ਕੀ ਸੋਚਣਾ ਕਿ ਤੁਸੀਂ ਆਪਣੇ ਵੱਲੋਂ ਕਿਸੇ ਕੈਂਡੀਡੇਟ ਨੂੰ ਖੜਾ ਕਰੋਗੇ ਜਾਂ ਜਿਵੇਂ ਮਾਨ ਸਾਹਿਬ ਉਹਨਾਂ ਦੀ ਪਹਿਲਾਂ ਹਮਾਇਤ ਕਰਦੇ ਆਏ ਉਹਨਾਂ ਦੀ ਹਮਾਇਤ ਕੀਤੀ ਜਾਵੇਗੀ ਦੇਖੋ ਉਹਨਾਂ ਬੰਦਿਆਂ ਦੀ ਹਮਾਇਤ ਕਰਾਂਗੇ ਜਿਹੜੇ ਪੰਥ ਦੀ ਆਜ਼ਾਦੀ ਪੰਥ ਦੇ ਹੱਕਾਂ ਦੀ ਗੱਲ ਕਰਦੇ ਆ ਜਿਹੜੇ ਵੀ ਬੰਦੇ ਹੋਣਗੇ ਅਸੀਂ ਕਵਾਂਗੇ ਵੀ ਇੱਕਜੁੱਟ ਹੋ ਕੇ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਨਾਲ ਹਾਂ ਸਿਮਰਜੀਤ ਸਿੰਘ ਮਾਨ ਔਰ ਤੁਹਾਡੀ ਵਿਚਾਰਧਾਰਾ ਤਾਂ ਇੱਕੋ ਹੀ ਹੈ ਪਰ ਵੱਖ ਬਾਤ ਤਰੀਕਾ ਕਿਉਂ ਤਿਆਰ ਕੀਤਾ ਹੈ ਉਹਨਾਂ ਨੇ ਕਿਉਂਕਿ ਐਕਟਿਵ ਮੋਡ ਦੇ ਵਿੱਚ ਨਹੀਂ ਦੇਖੋ ਕੋਈ ਇਦਾਂ ਦਾ ਮੈਨੂੰ ਨਹੀਂ ਆਇਆ ਉਹ ਮੀਡੀਆ